ਸਤਿ ਸ੍ਰੀ ਅਕਾਲ ਪ੍ਰਧਾਨ ਜੀ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਸੁਰਿੰਦਰ ਡੱਲਾ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਵੱਖ ਵੱਖ ਰਾਜਨੀਤਿਕ ਆਗੂਆਂ ਦੇ ਨਾਲ ਅੱਜ ਅਸੀਂ ਆ ਪਹੁੰਚੇ ਹਾਂ ਹਲਕਾ ਆਦਮਪੁਰ ਅਤੇ ਤੁਹਾਨੂੰ ਮਿਲਾਵਾਂਗੇ ਇੱਥੋਂ ਦੇ ਵਿਧਾਇਕ ਪਵਨ ਕੁਮਾਰ ਟੀਨੂ ਦੇ ਨਾਲ ਅਸੀਂ ਦੌਰਾ ਕਰਾਂਗੇ ਹਲਕੇ ਦਾ ਅਤੇ ਜਾਣਾਂਗੇ ਕਿ ਕੀ ਨੇ ਇੱਥੋਂ ਦੇ ਲੋਕਾਂ ਦੀਆਂ ਦਿੱਕਤਾਂ ਅਤੇ ਕਿਹੜੀਆਂ ਕਮੀਆਂ ਨੇ ਇਸ ਸ਼ਹਿਰ ਦੇ ਵਿੱਚ ਇਹ ਵੀ ਜਾਣਾਂਗੇ ਕਿ ਇੱਥੋਂ ਦੇ ਵਿਧਾਇਕ ਦੀਆਂ ਕੀ ਯੋਜਨਾਵਾਂ ਨੇ ਕਿਹੜੇ ਕਿਹੜੇ ਵਿਕਾਸ ਦੇ ਕੰਮ ਹੋ ਚੁੱਕੇ ਨੇ ਅਤੇ ਕਿਹੜੇ ਬਾਕੀ ਨੇ ਤੁਸੀਂ ਬਣੇ ਰਹੋ ਜੀ ਪੰਜਾਬੀ ਨਾਲ ਅਸੀਂ ਆ ਪਹੁੰਚੇ ਹਾਂ ਪਵਨ ਕੁਮਾਰ ਟੀਨੂ ਹੋਣਾਂ ਦੇ ਕੋਲ ਜਿਹੜੇ ਕਿ ਵਿਧਾਇਕ ਨੇ ਹਲਕਾ ਆਦਮਪੁਰ ਦੇ ਨੌਜਵਾਨ ਵਿਧਾਇਕ ਨੇ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਵੱਡੀਆਂ ਚੁਣੌਤੀਆਂ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿਵੇਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਸਾਰਾ ਦਿਨ ਕਿਵੇਂ ਲੰਘਦਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਕਿਵੇਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਸਾਰੇ ਦਿਨ ਦੀਆਂ ਕੀ ਗਤੀਵਿਧੀਆਂ ਰਹਿੰਦੀਆਂ ਨੇ ਸਵੇਰੇ ਉੱਠ ਕੇ ਥੋੜ੍ਹੀ ਬਹੁਤ ਐਕਸਰਸਾਈਜ਼ ਜੇ ਮੌਕਾ ਮਿਲ ਜਾਏ ਅਤੇ ਕਰਨ ਤੋਂ ਬਾਅਦ ਫਿਰ ਜਿਹੜੇ ਲੋਕ ਨੇ ਉਹ ਆਏ ਹੁੰਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਹਾਂ ਜਿਹੜੇ ਉਹਨਾਂ ਦੇ ਕੰਮ ਨੇ ਉਹ ਕਰਨ ਦੀ ਉਸੇ ਮੌਕੇ 'ਤੇ ਕੋਸ਼ਿਸ਼ ਕਰੀਦੀ ਹੈ ਉਸ ਤੋਂ ਬਾਅਦ ਫਿਰ ਕੋਈ 11-12 ਵਜੇ ਤੱਕ ਇੱਥੇ ਰਹਿਣ ਤੋਂ ਬਾਅਦ ਫਿਰ ਹਲਕੇ 'ਚ ਕੋਈ ਪ੍ਰੋਗਰਾਮ ਹੁੰਦੇ ਨੇ ਸਮਾਜਿਕ ਧਾਰਮਿਕ ਸੋਸ਼ਲ ਅਤੇ ਉਹ ਅਟੈਂਡ ਕਰਨ ਤੋਂ ਬਾਅਦ ਫਿਰ ਕੋਈ ਸਰਕਾਰੀ ਮੀਟਿੰਗ ਕੋਈ ਡਿਵੈਲਪਮੈਂਟ ਦੇ ਕੰਮ ਦੇਖਣੇ ਕੋਈ ਸਕੂਲ ਐਜੂਕੇਸ਼ਨ ਦੇ ਰੋਡਸ ਦੇ ਸਾਰੀਆਂ ਉਹਦਾ ਰੂਟੀਨ 'ਚ ਚੈੱਕ ਕਰਕੇ ਉਹਨੂੰ ਅੱਗੇ ਵਧਾਉਂਦੇ ਹਾਂ ਤਾਂ ਰਾਤ ਤੱਕ ਤਾਂ ਪਤਾ ਨਹੀਂ ਲੱਗਦਾ ਵੀ ਸਮਾਂ ਕਿੱਦਾਂ ਲੰਘਦਾ ਰਾਤ ਨੂੰ ਫਿਰ ਸ਼ਾਦੀਆਂ ਜਾਗਰਣ ਅਤੇ ਧਾਰਮਿਕ ਸਮਾਗਮ ਅਤੇ ਇਸੇ ਤਰ੍ਹਾਂ ਹੀ ਦਿਨ ਨਿਕਲ ਜਾਂਦਾ ਅੱਜ ਆਓ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਅੱਜ ਕਿਸ ਤਰ੍ਹਾਂ ਦਿਨ ਬੀਤਦਾ ਸਾਡਾ ਚਲੋ ਅਸੀਂ ਵੀ ਲਗਾਤਾਰ ਹਲਕਾ ਆਦਮਪੁਰ ਦੇ ਵਿਧਾਇਕ ਦੇ ਨਾਲ ਅੱਜ ਸਾਰਾ ਦਿਨ ਗੁਜ਼ਾਰਾਂਗੇ ਦੇਖਾਂਗੇ ਕੀ ਚੁਣੌਤੀਆਂ ਨੇ ਆਦਮਪੁਰ ਦੀਆਂ ਕਿਹੜੇ ਵਿਕਾਸ ਦੇ ਕੰਮ ਹੋ ਚੁੱਕੇ ਨੇ ਕਿਹੜੇ ਵਿਕਾਸ ਦੇ ਕੰਮ ਰਹਿੰਦੇ ਨੇ ਰਾਜਨੀਤਿਕ ਤਾਣਾ ਬਾਣਾ ਇਸ ਹਲਕੇ ਦਾ ਕਿਹੋ ਜਿਹਾ ਸੀ ਰੂਬਰੂ ਹੋਵਾਂਗੇ ਤੁਸੀਂ ਬਣੇ ਰਹੋ ਜੀ ਪੰਜਾਬੀ ਜਾਣ ਪਛਾਣ ਮਗਰੋਂ ਹਲਕਾ ਆਦਮਪੁਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂ ਰੁੱਝ ਗਏ ਵਰਕਰਾਂ ਅਤੇ ਹਲਕੇ ਦੇ ਵੋਟਰਾਂ ਦੀਆਂ ਦੁੱਖ ਤਕਲੀਫਾਂ ਸੁਣਨ ਆਪਣੇ ਸੁਭਾਅ ਮੁਤਾਬਕ ਉਹਨਾਂ ਦਫ਼ਤਰ ਵਿੱਚ ਆਏ ਇੱਕ ਇੱਕ ਨਾਗਰਿਕ ਦੀ ਮੰਗ ਨੂੰ ਇਕੱਲੇ ਇਕੱਲੇ ਆਪ ਸੁਣਿਆ ਅਤੇ ਉਸਦੇ ਹੱਲ ਦੀ ਪ੍ਰਕਿਰਿਆ ਸ਼ੁਰੂ ਕੀਤੀ ਰੋਜ਼ ਦੀ ਤਰ੍ਹਾਂ ਇਹ ਸਿਲਸਿਲਾ ਤਕਰੀਬਨ 2 ਘੰਟੇ ਚੱਲਿਆ ਜਿਸ ਮਗਰੋਂ ਅਸੀਂ ਪ੍ਰਧਾਨ ਜੀ ਨਾਲ ਨਿਕਲ ਗਏ ਹਲਕੇ ਦੇ ਦੌਰੇ ਲਈ ਵਿਕਾਸ ਦੇ ਕੰਮਾਂ ਅਤੇ ਉਦਘਾਟਨਾਂ ਦਾ ਸਿਲਸਿਲਾ ਸ਼ੁਰੂ ਹੋਇਆ ਆਦਮਪੁਰ ਤੋਂ ਸਭ ਤੋਂ ਪਹਿਲਾਂ ਪ੍ਰਧਾਨ ਜੀ ਪੁੱਜੇ ਆਦਮਪੁਰ ਦੀ ਦਾਣਾ ਮੰਡੀ ਜਿੱਥੇ ਪਹਿਲਾਂ ਉਹਨਾਂ ਇੱਕ ਫੜ ਦਾ ਉਦਘਾਟਨ ਕੀਤਾ ਅਤੇ ਇਸ ਮਗਰੋਂ ਕਿਸਾਨਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ ਉਹਨਾਂ ਹਲਕੇ ਦੇ ਵਿਕਾਸ ਲਈ ਆਪਣੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ ਅਸੀਂ ਹਰ ਸਕੀਮ ਨੂੰ ਅਵੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਛਲੇ ਹਫ਼ਤੇ ਜੀ ਹਫ਼ਤੇ ਵੀ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਸੀ ਅਤੇ ਮੈਂ ਉੱਥੇ ਆਹ ਤੁਹਾਡਾ ਗਾਜ਼ੀਨਗਰ ਜਿਹੜਾ ਗਾਜ਼ੀਪੁਰ ਸਕੂਲ ਆ ਹਰ ਸੈਕੰਡਰੀ ਸਕੂਲ ਆ ਜਿੱਥੇ ਆਪਾਂ ਪ੍ਰਧਾਨ ਜੀ ਗਏ ਸੀ ਉੱਥੇ ਸਕੂਲ ਦੀ ਬਿਲਡਿੰਗ ਅਨਸੇਫ ਡਿਕਲੇਅਰ ਹੋਇਆ ਨੂੰ 3 ਸਾਲ ਹੋ ਗਏ ਮਹਿਕਮੇ ਨੇ ਕੁਛ ਨਹੀਂ ਕੀਤਾ ਮਹਿਕਮੇ ਨੂੰ ਲਿਖ ਕੇ ਭੇਜਿਆ ਲੇਕਿਨ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੋਂ ਪਰਸੋਂ ਪਿਛਲੇ ਹਫ਼ਤੇ ਮੈਂ ਉਹਨਾਂ ਕੋਲੋਂ ਵਰਵਲੀ ਤਾਂ ਵਾਅਦਾ ਲੈ ਲਿਆ ਵਰਵਲੀ ਅਤੇ ਉਹਨਾਂ ਨੇ ਮੇਰੇ ਸਾਹਮਣੇ ਅਫਸਰਾਂ ਦੀ ਡਿਊਟੀ ਵੀ ਲਾਈ ਕਿ ਜਿੱਥੇ ਜਿੱਥੇ MLA ਸਾਹਿਬ ਕਹਿੰਦੇ ਆ ਉਹ ਰਿਪੋਰਟ ਬਣਾ ਕੇ ਮੈਨੂੰ ਦਿਓ ਕਿੱਥੇ ਕਿੰਨੇ ਪੈਸੇ ਚਾਹੀਦੇ ਆ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਇਲਾਕੇ ਦੇ ਸਕੂਲਾਂ ਲਈ ਵੀ ਬਹੁਤ ਸਾਰਾ ਫੰਡ ਆਪਾਂ ਲੈ ਕੇ ਆਵਾਂਗੇ ਪਾਣੀ ਦੀਆਂ ਟੈਂਕੀਆਂ ਦੇ ਕੰਮ ਬੜੇ ਚੱਲ ਰਹੇ ਆ ਕਈ ਜਗ੍ਹਾ 'ਤੇ ਤਾਂ ਉਦਘਾਟਨਾ ਤੋਂ ਬਗੈਰ ਹੀ ਜਿੱਥੇ ਪਾਣੀ ਚੱਲ ਪਿਆ ਮੋਟਰ ਚੱਲ ਪਈ ਟੈਂਕੀ ਨੇ ਪਾਣੀ ਚੱਕਣਾ ਸ਼ੁਰੂ ਕਰਤਾ ਤਾਂ ਮੈਂ ਕਿਹਾ ਉਦਘਾਟਨ ਅਸੀਂ ਕਰੀਏ ਨਾ ਕਰੀਏ ਤੁਸੀਂ ਪਾਣੀ ਚਲਾ ਦਿਓ ਪਿੰਡ ਨੂੰ ਪਾਣੀ ਦਿਓ ਉਦਘਾਟਨ ਹੀ ਉਹ ਆ ਇੱਥੋਂ ਅਸੀਂ ਨਿਕਲ ਗਏ ਪਿੰਡ ਡਰੌਲੀ ਖੁਰਦ ਪਿੰਡ ਪੁੱਜਦੇ ਹੀ ਪਿੰਡ ਵਾਲਿਆਂ ਅਤੇ ਪੰਚਾਇਤ ਮੈਂਬਰਾਂ ਨੇ ਗਲ ਵਿੱਚ ਹਾਰ ਪਾ ਕੇ ਪ੍ਰਧਾਨ ਜੀ ਦਾ ਸਵਾਗਤ ਕੀਤਾ ਇੱਥੇ ਉਹਨਾਂ ਸੜਕ ਦਾ ਉਦਘਾਟਨ ਕੀਤਾ ਜੋ ਇੱਥੋਂ ਦੇ ਲੋਕਾਂ ਦੀ ਚਿਰਾਂ ਪੁਰਾਣੀ ਮੰਗ ਸੀ ਉਹਨਾਂ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਮੌਕੇ 'ਤੇ ਦਿੱਤੇ ਗਏ ਨਿੱਘੇ ਸੱਦੇ ਨੂੰ ਉਹ ਹਮੇਸ਼ਾ ਪ੍ਰਵਾਨ ਕਰਦੇ ਦਿਖੇ
ਅਤੇ ਵਰਕਰਾਂ ਦੇ ਘਰ ਜਾ ਕੇ ਹਾਜ਼ਰੀ ਲਾਉਂਦੇ ਰਹੇ। ਅਸਲ ਵਿੱਚ ਉਹ ਹਲਕੇ ਦੇ ਨੁਮਾਇੰਦੇ ਅਤੇ ਆਮ ਲੋਕਾਂ ਵਿਚਾਲੇ ਗਹਿਰੇ ਅਤੇ ਨਿੱਘੇ ਸੰਬੰਧਾਂ ਦੇ ਹਾਮੀ ਨਜ਼ਰ ਆਏ। ਇੱਥੋਂ ਉਹਨਾਂ ਦਾ ਕਾਫਲਾ ਰਵਾਨਾ ਹੋਇਆ ਅਗਲੇ ਪਿੰਡ ਈਸਰੋਵਾਲ, ਜਿੱਥੇ ਉਹਨਾਂ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਪਿੰਡ ਵਾਲੇ ਮੰਗ ਪੱਤਰ ਦੇਣ ਆਏ ਤਾਂ ਉਹਨਾਂ ਜਨਤਕ ਤੌਰ ਤੇ ਮੰਗਾਂ ਨੂੰ ਸੁਣਿਆ ਅਤੇ ਉਹ ਵੀ ਕੁਝ ਇਸ ਅੰਦਾਜ਼ ਵਿੱਚ। ਕੋਈ ਡਾਕਟਰ ਨਹੀਂ ਅਤੇ ਨਾ ਡਿਸਪੈਂਸਰੀ ਹੈ, ਕਿਰਪਾ ਕਰਕੇ ਸਾਨੂੰ ਡਾਕਟਰ ਸਾਹਿਬ ਤੇ ਡਿਸਪੈਂਸਰੀ ਦਵਾਈ ਜਾਵੇ। ਮੰਗਾਂ ਮੰਨਣ ਦਾ ਭਰੋਸਾ ਵੀ ਉਹਨਾਂ ਆਪਣੇ ਅੰਦਾਜ਼ ਵਿੱਚ ਦਿੱਤਾ। ਇਹ ਤੁਹਾਡੀਆਂ ਸੜਕਾਂ, ਸਕੂਲ ਦੇ ਵਿੱਚ ਟੀਚਰ ਪੂਰੇ ਕਰਨੇ, ਇੱਥੇ ਡਿਸਪੈਂਸਰੀ ਬਣਾਉਣੀ ਔਰ ਸਟੇਡੀਅਮ। ਸਾਡੇ ਸਕੂਲ ਦਾ ਕੰਮ ਬਹੁਤ ਜ਼ਰੂਰੀ ਹੈ ਮਾਸਟਰ। ਹਾਂ, ਜਿੱਥੇ ਟੀਚਰਾਂ ਦੀ ਕਮੀ ਹੈ ਉਹ ਤੁਰੰਤ ਉਹਦੀ ਜਿਹੜੀ ਆ ਕਮੀ ਨੂੰ ਦੂਰ ਕੀਤਾ ਜਾਊਗਾ ਅਤੇ ਸਟੇਡੀਅਮ ਬਣਾਉਣ ਵੱਲ ਨੂੰ ਵੀ ਕਦਮ ਚੱਕਾਂਗੇ। ਲੇਕਿਨ ਕਰਾਂਗੇ ਇੱਕ ਇੱਕ ਕਰਕੇ, ਇਹ ਨਾ ਕਿ ਉਹ ਵੀ ਆਪਣੀ 5 ਸਾਲ ਦੀ ਘੱਟੋ ਘੱਟ ਹਾਲੇ ਸਰਕਾਰ ਹੈ ਅਤੇ ਹੌਲੀ ਹੌਲੀ ਤੁਹਾਡੇ ਸਾਰੇ ਕੰਮ ਇਹ ਕਰ ਦਾਂਗੇ। ਹੋਰ ਵੀ ਕਿਸੇ ਨੂੰ ਹੋਰ ਮੁਸ਼ਕਲ ਹੋਵੇ ਜਿਹੜੀ ਤੁਸੀਂ ਨਾ ਦੱਸੀ ਹੋਵੇ ਇਹਦੇ ਵਿੱਚ, ਉਹ ਜਦੋਂ ਮਰਜ਼ੀ ਮੈਨੂੰ ਟੈਲੀਫੋਨ 'ਤੇ ਜਾਂ ਚਿੱਠੀ ਭੇਜ ਕੇ ਜਾਂ ਕਿਸੇ ਵੀ ਤਰੀਕੇ ਨਾਲ ਮੈਨੂੰ ਤੁਸੀਂ ਦੱਸ ਸਕਦੇ ਹਾਂ। ਖੈਰ, ਇਹ ਸਿਲਸਿਲਾ ਚੱਲਦਾ ਰਿਹਾ ਅਤੇ ਅਸੀਂ ਪ੍ਰਧਾਨ ਜੀ ਨਾਲ ਪਹੁੰਚ ਗਏ ਪਿੰਡ ਢੱਡੇ। ਜਿੱਥੇ ਉਹਨਾਂ ਪੈਨਸ਼ਨਾਂ ਲਵਾਉਣ ਦੀਆਂ ਦਰਖਾਸਤਾਂ ਆਪ ਹਾਸਲ ਕੀਤੀਆਂ। ਉਹਨਾਂ ਪਿੰਡ ਦੇ ਬਜ਼ੁਰਗਾਂ ਅਤੇ ਬੀਬੀਆਂ ਦੇ ਪੈਨਸ਼ਨ ਵਾਲੇ ਫਾਰਮ ਨਾ ਸਿਰਫ ਆਪਣੀ ਟੀਮ ਸਣੇ ਆਪ ਚੈੱਕ ਕੀਤੇ ਬਲਕਿ ਸੰਬੰਧਿਤ ਮਹਿਕਮੇ ਅੱਗੇ ਆਪ ਪੈਰਵਾਈ ਕਰਨ ਦਾ ਭਰੋਸਾ ਦਿੱਤਾ। ਉਦਘਾਟਨਾਂ ਦੇ ਸਿਲਸਿਲੇ ਦੇ ਨਾਲ ਨਾਲ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂ ਹੋਰਾਂ ਨੇ ਭੋਗਪੁਰ ਇਲਾਕੇ ਵਿੱਚ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ। ਇਸ ਨਵੀਂ ਉਸਾਰੀ ਗਈ ਪਾਣੀ ਦੀ ਟੈਂਕੀ ਦੇ ਨਾਲ ਨਾਲ ਉਹਨਾਂ ਸਬ ਤਹਿਸੀਲ ਦਾ ਮੌਕਾ ਮੁਆਇਨਾ ਕੀਤਾ। ਉਹ ਇਸ ਨਵੇਂ ਬੱਸ ਅੱਡੇ ਤੇ ਪੁੱਜੇ ਜਿਸ ਦਾ ਨਿਰਮਾਣ ਉਹ ਸੂਬਾ ਸਰਕਾਰ ਤੋਂ 50 ਲੱਖ ਰੁਪਏ ਲਿਆ ਕੇ ਕਰਵਾ ਰਹੇ ਨੇ। ਭੋਗਪੁਰ ਦੁਸ਼ਹਿਰ ਨਗਰ ਪੰਚਾਇਤ, ਇੱਕ ਛੋਟਾ ਕਸਬਾ ਜਿਹਦੀ ਆਬਾਦੀ ਤਕਰੀਬਨ 17-18 ਹਜ਼ਾਰ ਹੈ। ਉਹ ਸਾਨੂੰ ਮੇਨ ਜਿਹੜੀ ਪ੍ਰੋਬਲਮ ਸੀ ਉੱਥੇ ਬੱਸ ਸਟੈਂਡ ਦੀ ਸੀ ਜੀ। ਮੰਤਰੀ ਸਾਹਿਬ ਨੇ ਜਿਹੜੀ ਪ੍ਰੋਪਰਟੀ 20 ਕਰੋੜ ਦੀ ਸੀਗੀ ਉਹ ਪੰਜਾਬ ਸਰਕਾਰ ਦੇ ਸੋਲ ਸਾਨੂੰ 1 ਕਰੋੜ ਵਿੱਚ ਲੈ ਕੇ ਦਿੱਤੀ ਆ। ਉਸ ਪ੍ਰੋਪਰਟੀ 'ਤੇ ਅਸੀਂ ਨਵਾਂ ਬੱਸ ਅੱਡਾ, ਜਿਸ 'ਤੇ ਮੰਤਰੀ ਸਾਹਿਬ ਨੂੰ ਪ੍ਰੋਪਰਟੀ ਲੈ ਕੇ ਦਿੱਤੀ, 50 ਲੱਖ ਰੁਪਈਆ ਸਾਨੂੰ ਬੱਸ ਸਟੈਂਡ ਵਾਸਤੇ ਭੇਜਿਆ ਜੀ। ਬੱਸ ਤਕਰੀਬਨ 50% ਅਸੀਂ ਪੂਰਾ ਹੋ ਚੁੱਕਾ। ਉਸ ਦੇ ਨਾਲ ਹੀ ਮੰਤਰੀ ਸਾਹਿਬ ਨੇ ਇੱਕ ਜਦੋਂ ਭੋਗਪੁਰ ਬਣਿਆ ਜੀ, ਸਬ ਤਹਿਸੀਲ ਦੀ ਬਿਲਡਿੰਗ ਨਹੀਂ ਸੀ, ਮੰਤਰੀ ਸਾਹਿਬ ਨੇ ਉਸ ਜਗ੍ਹਾ ਸਬ ਤਹਿਸੀਲ ਵਾਸਤੇ ਜਗ੍ਹਾ ਵੀ ਗੌਰਮੈਂਟ ਤੋਂ ਲੈ ਦਿੱਤੀ ਜੀ ਅਤੇ ਬਿਲਡਿੰਗ ਵੀ ਤਕਰੀਬਨ 95% ਬਿਲਡਿੰਗ ਦਾ ਕੰਮ ਪੂਰਾ ਹੋ ਚੁੱਕਾ। ਹੁਣ ਗੱਲ ਹਲਕੇ ਦੀਆਂ ਚੁਣੌਤੀਆਂ ਦੀ ਵੀ ਕਰ ਲਈਏ। ਭਾਵੇਂ ਹਲਕਾ ਆਦਮਪੁਰ ਵਿੱਚ ਵਿਕਾਸ ਦੇ ਕਈ ਪ੍ਰੋਜੈਕਟ ਸ਼ੁਰੂ ਹੋਏ ਨੇ, ਨਹਿਰਾਂ ਦੀ ਸਫਾਈ ਤੋਂ ਲੈ ਕੇ ਸੜਕਾਂ 'ਤੇ ਛੋਟੇ ਛੋਟੇ ਪੁਲਾਂ ਨੂੰ ਚੌੜਾ ਕਰਨ ਦਾ ਤਹੱਈਆ ਅਤੇ ਅਮਲ ਵੀ ਜੰਗੀ ਪੱਧਰ 'ਤੇ ਹੋ ਰਿਹਾ। ਪਰ ਆਦਮਪੁਰ ਸ਼ਹਿਰ ਵਿੱਚ ਸੀਵਰੇਜ ਪਾਉਣਾ ਉਹਨਾਂ ਲਈ ਇੱਕ ਮੁੱਖ ਕੰਮ ਹੋਏਗਾ। ਨਗਰ ਕਮੇਟੀ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਦੀ ਵੀ ਵੱਡੀ ਲੋੜ ਹੈ। ਬੱਸ ਸਟੈਂਡ ਅਤੇ ਪਾਰਕਿੰਗ ਨੂੰ ਸੁੰਦਰ ਬਣਾਉਣਾ ਵੀ ਮੁੱਖ ਕੰਮਾਂ ਵਿੱਚੋਂ ਇੱਕ ਨੇ। ਭਾਵੇਂ ਉਹਨਾਂ ਕਈ ਬੱਸਾਂ ਦੇ ਰੂਟ ਅਤੇ ਸਟੋਪੇਜ ਆਦਮਪੁਰ ਨੂੰ ਦੁਆਏ ਨੇ, ਪਰ ਬੱਸ ਸਟੈਂਡ ਵਿਕਾਸ ਪੱਖੋਂ ਹੋਰ ਸੁਧਾਰ ਮੰਗ ਰਿਹਾ। ਸ਼ਹਿਰ ਵਿੱਚੋਂ ਲੰਘਦੀ ਇਹ ਮੁੱਖ ਸੜਕ ਵੀ ਵੱਡੀ ਟ੍ਰੈਫਿਕ ਸਮੱਸਿਆ ਹੈ। ਇਹ ਸੜਕ ਜਲੰਧਰ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਅਤੇ ਪੰਜਾਬ ਨੂੰ ਹਿਮਾਚਲ ਨਾਲ ਜੋੜਦੀ ਹੈ। ਲੋਕ ਇਸ ਦੇ ਚੌੜੀਕਰਨ ਦੇ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਉਣ ਦੀ ਮੰਗ ਵੀ ਕਰ ਰਹੇ ਨੇ। ਟ੍ਰੈਫਿਕ ਦੀ ਸਮੱਸਿਆ ਕਾਹਦੇ ਕਰਕੇ ਆਉਂਦੀ? ਪਾਰਕਿੰਗ ਕਰਕੇ। ਇਹਦੇ ਵਿੱਚ ਪਾਰਕਿੰਗ ਦੀ ਜਗ੍ਹਾ ਕੌਂਸਲ ਆਪਣੇ ਜਿਹੜੀ ਨਗਰ ਕੌਂਸਲ ਵੱਲੋਂ ਆ ਨਹੀਂ ਬਣਾਈ ਗਈ। ਇੱਕ ਬਣਾਈ ਸੀ, ਉਹ ਵੀ ਉਹਨਾਂ ਨੇ ਪਤਾ ਨਹੀਂ ਉਹਨੂੰ ਕੀ ਕੀਤਾ, ਕੂੜਾ ਡੰਪ ਬਣਾ ਲਿਆ ਜਾਂ ਕੀ ਬਣਾ ਲਿਆ, ਸਮਝ ਨਹੀਂ ਆਉਂਦੀ। ਅਤੇ ਲੋਕ ਜਿਹੜੇ ਹਜੇ ਵੀ ਪਾਰਕਿੰਗ ਆਪਣੀ ਮੇਨ ਰੋਡ ਦੇ ਉੱਤੇ ਕਰ ਜਾਂਦੇ ਖੜੀ। ਪ੍ਰਧਾਨ ਜੀ ਖੇਡ ਮਹਿਕਮੇ ਦੇ ਪਾਰਲੀਮਾਨੀ ਸਕੱਤਰ ਵੀ ਨੇ। ਅਜਿਹੇ ਵਿੱਚ ਉਹ ਆਦਮਪੁਰ ਵਿੱਚ ਫੁੱਟਬਾਲ ਦੀ ਪਨੀਰੀ ਨੂੰ ਨਵੇਂ ਸਿਰਿਓਂ ਜਾਗ ਲਾਉਣ ਦੇ ਉਪਰਾਲੇ ਸ਼ੁਰੂ ਕਰ ਚੁੱਕੇ ਨੇ। ਸਟੇਡੀਅਮ ਵਿੱਚ ਇਸ ਫੁੱਟਬਾਲ ਪਨੀਰੀ ਲਈ ਉਹਨਾਂ ਕੋਚ ਵੀ ਤਾਇਨਾਤ ਕਰਵਾ ਦਿੱਤਾ ਹੈ ਅਤੇ ਵੱਖ ਵੱਖ ਖੇਡ ਕਲੱਬਾਂ ਦੇ ਆਗੂਆਂ ਦੇ ਸਹਿਯੋਗ ਸਦਕਾ ਉਹ ਇੱਥੇ ਹੋਰ ਖੇਡ ਵਿੰਗ ਸਥਾਪਿਤ ਕਰਨ ਲਈ ਯਤਨਸ਼ੀਲ ਨੇ। ਸਾਡਾ ਤਾਂ ਜੀ ਇਹੀ ਹੈ ਜੀ, ਅਸੀਂ ਇਹਨਾਂ ਨੂੰ ਨੈਸ਼ਨਲ ਲੈਵਲ ਇੰਟਰਨੈਸ਼ਨਲ ਤੱਕ ਪਹੁੰਚਾਈਏ, ਵੀ ਵਧੀਆ ਪ੍ਰੈਕਟਿਸ ਕਰਨ, ਵਧੀਆ ਕੋਚ ਇਹਨਾਂ ਨੂੰ ਮਿਲੇ। ਅਸੀਂ ਤਾਂ ਜਿੰਨਾ ਆਪਣੇ ਵੱਲੋਂ ਜ਼ੋਰ ਲਾ ਰਹੇ ਅਸੀਂ ਬਹੁਤ ਵਧੀਆ ਲਾ ਰਹੇ ਹਾਂ,
ਪਰ ਟੀਨੂ ਸਾਹਿਬ ਦੀ ਬਦੌਲਤ ਇੱਥੇ ਮੈਨੂੰ ਲੈ ਮੌਕਾ ਦਿੱਤਾ ਗਿਆ। ਪ੍ਰੈਕਟਿਸ ਮੇਰੀ ਇਹ ਤਮੰਨਾ ਕਿ ਮੈਂ ਇਹਨਾਂ ਨੂੰ ਹਾਈ ਲੈਵਲ 'ਤੇ ਲੈ ਕੇ ਜਾਵਾਂ ਜੀ। ਇੱਕ ਤਾਂ ਇੱਥੇ ਸਪੋਰਟ ਦਾ ਬਿੰਗ ਹੋ ਜਾਏ, ਸਕੂਲ ਦੇ ਬੱਚੇ ਪੜ੍ਹਨ ਵੀ ਅਤੇ ਨਾਲ ਖੇਡਣ ਵੀ, ਸਾਡੇ ਸਕੂਲ ਦੇ ਖਿਡਾਏ ਉਹ ਬੱਚੇ ਨੈਸ਼ਨਲ ਲੈਵਲ 'ਤੇ ਜਾਣ, ਹੁਣ ਵੀ ਸਾਡੇ ਬੱਚੇ ਜਾ ਰਹੇ ਆ। ਅਤੇ ਸਾਡੇ ਲੋਕਾਂ ਤੋਂ ਮੰਗਿਆ, ਟੀਨੂ ਸਾਹਿਬ ਤੋਂ ਮੰਗਿਆ ਇਹ ਵੀ ਇੱਥੇ ਇੱਕ ਬਿੰਗ ਦਿੱਤਾ ਜਾਵੇ ਅਤੇ ਨਾਲ ਹੋਰ ਜਿਹੜੀਆਂ ਸਟੇਡੀਅਮ ਦੀਆਂ ਸਹੂਲਤਾਂ, ਸਟੇਡੀਅਮ ਨੂੰ ਪੂਰਾ ਕੀਤਾ ਜਾਵੇ। ਪ੍ਰਧਾਨ ਜੀ ਦੀ ਸ਼ਖਸੀਅਤ ਦਾ ਇੱਕ ਹੋਰ ਰੰਗ ਵੀ ਹੈ, ਹਲਕੇ ਦੇ ਲੋਕਾਂ ਨਾਲ ਆਪਣੇ ਰਿਸ਼ਤੇ ਨੂੰ ਉਹ ਖਾਸੀ ਅਹਿਮੀਅਤ ਦਿੰਦੇ ਨੇ। ਇਹ ਆਸ਼ੀਰਵਾਦ ਦੀ ਵਾਪਸੀ ਮੈਂ ਉਹ ਸੇਵਾ ਕਰਕੇ ਨਿਭਾਉਣਾ ਚਾਹੁੰਦਾ ਜਿਹਨਾਂ ਉਮੀਦਾਂ ਦੇ ਨਾਲ ਆਪ ਸਭ ਨੇ ਇਸ ਇਲਾਕੇ ਦੇ ਡਿਵੈਲਪਮੈਂਟ, ਇਸ ਇਲਾਕੇ ਦੇ ਕੰਮ ਕਰਨ ਲਈ ਦਾਸ ਨੂੰ ਚੁਣਿਆ ਹੈ। ਅਤੇ ਹਲਕੇ ਦੇ ਧਾਰਮਿਕ ਸਮਾਗਮਾਂ ਵਿੱਚ ਜਾ ਕੇ ਗੁਰੂ ਅੱਗੇ ਨਤਮਸਤਕ ਹੋਣਾ ਉਹਨਾਂ ਦੇ ਸੁਭਾਅ ਦਾ ਹਿੱਸਾ ਹੈ। ਧਾਰਮਿਕ ਏਕਤਾ ਅਤੇ ਹਰ ਧਰਮ ਵਿੱਚ ਅਟੁੱਟ ਵਿਸ਼ਵਾਸ ਉਹਨਾਂ ਦਾ ਕਿਰਦਾਰ ਹੈ, ਜਿਸ ਤੋਂ ਉਹਨਾਂ ਦਾ ਪਰਿਵਾਰ ਅਤੇ ਰਾਜਨੀਤਿਕ ਦੋਸਤ ਵੀ ਖਾਸੇ ਪ੍ਰਭਾਵਿਤ ਨੇ। ਜਿਹੜਾ ਮੇਰੀ ਇਹਨੂੰ ਹਮੇਸ਼ਾ ਹਦਾਇਤ ਸੀ, ਇਹ ਸਲਾਹ ਸੀ ਕਿ ਜਿਹੜਾ ਵੀ ਕੰਮ ਕਰਨਾ ਉਹ ਭਲੇ ਦਾ ਹੀ ਕਰਨਾ, ਮਾੜਾ ਨਹੀਂ ਕਰਨਾ। ਸ਼ੁਰੂ ਦੇ ਇਹਦਾ ਇਹੀ ਕੰਮ ਰਿਹਾ ਵੀ ਜਿਹੜਾ ਇਹਦੇ ਕੋਲ ਆ ਗਿਆ ਕੋਈ 12 ਵਜੇ ਰਾਤ ਦੇ ਹੋਣ, ਦਿਨ ਦੇ ਹੋਣ, ਇਹਨੂੰ ਉੱਠ ਕੇ ਤੁਰ ਪੈਣਾ। ਇੱਥੋਂ ਤੱਕ ਅਸੀਂ ਇੱਥੇ ਬੈਠਦੇ, ਗੇਟ 'ਤੇ ਬੈਠੇ ਉਡੀਕਦੇ ਹੁੰਦੇ ਸੀ ਕਿਸ ਵੇਲੇ ਆਉਣਾ, ਕਿਸ ਵੇਲੇ ਆਉਣਾ, ਜਿਹੜਾ ਜਾਵੇ ਉਹਨਾਂ ਉੱਠ ਕੇ ਤੁਰ ਪੈਣਾ। ਇਲੈਕਸ਼ਨ ਟਾਈਮ 'ਤੇ ਵੀ ਬਹੁਤ ਕੰਮ ਕੀਤਾ, ਇੱਧਰ ਉੱਧਰ ਘੁੰਮੇ, ਬੈਨਰ ਲਾਏ, ਉਹਨਾਂ ਦਾ ਕੰਪਿਊਟਰ ਵਰਕ ਸਾਰਾ, ਫੋਨ ਵਰਕ ਮੈਂ ਹੀ ਸੰਭਾਲਿਆ ਸੀ ਅਤੇ ਕਈ ਹੋਰ ਵੀ ਜਣੇ ਸੀਗੇ ਜਿਹੜੇ ਨਾਲ ਸੀਗੇ। ਇਸ ਵੇਲੇ ਵੀ ਕਾਫੀ ਮਤਲਬ ਜ਼ੋਰਾਂ ਸ਼ੋਰਾਂ 'ਚ ਤਿਆਰੀ, ਕਿਉਂਕਿ ਇਲੈਕਸ਼ਨ ਤੋਂ ਬਾਅਦ ਵੀ ਕੰਮ ਨਹੀਂ ਮੁੱਕਦਾ, ਲੋਕ ਸਮਝ ਲੈਂਦੇ ਆ ਪਰ ਨਹੀਂ ਮੁੱਕਦਾ, ਕਾਫੀ ਕੰਮ ਹੁੰਦੇ ਨੇ ਅਤੇ ਕਈ ਕੰਮ ਮੈਂ ਵੀ ਕਰ ਲੈਂਦਾ। ਪਵਨ ਟੀਨੂ ਜੀ ਦੇ ਅੰਦਰ ਜਿਹੜੀ ਕੰਮ ਕਰਨ ਦੀ ਐਕਸਪੀਰੀਅੰਸ ਦੇਖੀ ਆ, ਕਿਉਂਕਿ ਮੈਂ ਤਾਂ ਸ਼ੁਰੂ ਤੋਂ ਇਹਨਾਂ ਦੇ ਨਾਲ ਹੀ ਰਾਜਨੀਤੀ ਦੇ ਅੰਦਰ ਰਿਹਾ, ਇਹਨਾਂ ਦੇ ਕੋਲੋਂ ਜਿੱਦਾਂ ਕਿਹਾ ਜਾਂਦਾ ਨਾ ਕਿ ਗੁੜਤੀ ਲਈ, ਉਹ ਮੈਂ ਕਹਾਂਗਾ ਕਿ ਪਵਨ ਟੀਨੂ ਜੀ ਤੋਂ ਜਿਹੜੀ ਹੈ ਗੁੜਤੀ ਸਿਆਸਤ ਦੀ ਲਈ ਆ। ਔਰ ਸਿਆਸਤ ਦੇ ਵਿੱਚ ਬੜੀਆਂ ਮੁਸ਼ਕਲ ਸਮੇਂ ਦੇ ਵਿੱਚੋਂ ਵੀ ਅਸੀਂ ਨਿਕਲਦੇ ਹੋਏ ਅੱਜ ਇਸ ਸਟੇਜ 'ਤੇ ਪਵਨ ਟੀਨੂ ਜੀ ਪਹੁੰਚੇ ਆ। ਮੈਂ ਉਹ ਕਹਿੰਦਾ ਕਿ ਉਹਨਾਂ ਦੀ ਮਿਹਨਤੀ ਆ, ਜਿਹੜੀ ਲਗਨ ਆ, ਬਗੈਰ ਕਿਸੇ ਪਾਰਟੀਬਾਜ਼ੀ ਤੋਂ, ਬਗੈਰ ਕਿਸੇ ਭੇਦਭਾਵ ਤੋਂ ਜਿਹੜਾ ਅੱਗੇ ਹੋ ਕੇ ਚੱਲਣਾ ਜਨਤਾ ਦੇ ਵਿੱਚ, ਇਹ ਉਹਨਾਂ ਦੀ ਜਿੱਤ ਦੀ ਜਿਹੜਾ ਕਾਰਨ ਹੈ ਬਹੁਤ ਵੱਡਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਆਪਣੇ ਸਮਾਜ ਦੇ ਅੰਦਰ ਭਾਈਚਾਰਕ ਸਾਂਝ ਵੀ ਵੱਧਦੀ ਆ। ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਡਿਵੈਲਪਮੈਂਟ ਦੇ ਕੰਮਾਂ ਨੂੰ ਧਿਆਨ ਦੇ ਨਾਲ ਅੱਗੇ ਹੋ ਕੇ ਚੱਲਣਾ ਚਾਹੀਦਾ ਔਰ ਆਪਸ ਦੇ ਵਿੱਚ ਜਿਹੜਾ ਪ੍ਰੇਮ ਪਿਆਰ ਉਹ ਵਧਾਉਣਾ ਚਾਹੀਦਾ। ਇੱਦਾਂ ਦੀ ਇੱਕ ਸ਼ਖਸੀਅਤ ਜਿਹੜੀ ਪਵਨ ਕੁਮਾਰ ਟੀਨੂ ਜੀ ਦੇ ਕੋਲੋਂ ਇਹ ਸਿੱਖਣ ਨੂੰ ਸਾਨੂੰ ਵੀ ਮਿਲੀ ਆ ਔਰ ਅਸੀਂ ਨਿਰੰਤਰ ਉਹਨਾਂ ਦੇ ਨਾਲ ਜਿਹੜੇ ਲਗਾਤਾਰ ਲੱਗੇ ਹੋਏ ਹਾਂ। ਜਿਹੜਾ ਹੋ ਗਿਆ ਇੱਕ ਬ੍ਰੇਕ ਦਾ, ਤੁਸੀਂ ਬਣੇ ਰਹੋ ਜੀ ਪੰਜਾਬੀ ਦੇ ਨਾਲ। ਬ੍ਰੇਕ ਤੋਂ ਬਾਅਦ ਵੀ ਸਾਡੀ ਇੱਕ ਖਾਸ ਪੇਸ਼ਕਸ਼ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਵੀ ਸਾਰੇ ਦਰਸ਼ਕਾਂ ਦਾ ਮੁੜ ਤੋਂ ਸਵਾਗਤ ਹੈ। ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਪਵਨ ਕੁਮਾਰ ਟੀਨੂ, ਜਿਹੜੇ ਕਿ ਆਦਮਪੁਰ ਦੇ ਵਿਧਾਇਕ ਨੇ ਔਰ ਪਾਰਲੀਮਾਨੀ ਸਕੱਤਰ ਨੇ ਪੰਜਾਬ ਸਰਕਾਰ ਦੇ ਵਿੱਚ, ਪੱਛੜੀਆਂ ਸ਼੍ਰੇਣੀਆਂ ਅਤੇ ਖੇਡਾਂ ਦੇ ਮਹਿਕਮੇ ਦੇ ਖਾਸ ਤੌਰ 'ਤੇ ਉਹ ਨਿਗਰਾਨ ਨੇ ਇਸ ਵੇਲੇ। ਬਹੁਤ ਬਹੁਤ ਸਵਾਗਤ ਹੈ ਜੀ ਮੁੜ। ਥੈਂਕ ਯੂ ਜੀ, ਥੈਂਕ ਯੂ ਜੀ। ਟੀਨੂ ਸਾਹਿਬ, ਸ਼ੁਰੂਆਤ ਹੀ ਕਰੂੰਗਾ, ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ। ਆਦਮਪੁਰ ਹਲਕਾ ਬਹੁਤ ਵਿਕਾਸ ਮੰਗਦਾ, ਤੁਹਾਡਾ ਬਹੁਤ ਧਿਆਨ ਮੰਗਦਾ, ਖੇਡਾਂ ਦਾ ਮਹਿਕਮਾ ਵੀ ਤੁਸੀਂ ਨਾਲ ਨਾਲ ਦੇਖਦੇ ਹੋ, ਸੁਖਬੀਰ ਸਿੰਘ ਬਾਦਲ ਹੋਣਾ ਦੇ ਵੀ ਬਹੁਤ ਕਰੀਬੀ ਹੋ, ਰਾਜਨੀਤੀ ਦੀਆਂ ਪਾਰਟੀ ਦੀਆਂ ਵੀ ਬਹੁਤ ਵੱਡੀਆਂ ਵੱਡੀਆਂ ਜ਼ਿੰਮੇਦਾਰੀਆਂ ਨੇ। ਇਸ ਵੇਲੇ ਸਭ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹਿਲੀ ਵਾਰ ਜਿਹੜਾ ਤੁਹਾਡਾ ਦਾਖਲਾ ਹੋਇਆ, ਉਸ 'ਤੇ ਜਾਣਨਾ ਚਾਹੂੰਗਾ, ਕਿੰਨੇ ਕੁ ਸੰਤੁਸ਼ਟ ਹੋ ਔਰ ਕੀ ਟਾਰਗੇਟ ਹੈ ਜ਼ਿੰਦਗੀ ਦਾ, ਕਿਉਂਕਿ 5 ਸਾਲ ਨੇ ਜਿਹੜੇ ਬਹੁਤ ਵੱਡੀਆਂ ਚੁਣੌਤੀਆਂ ਨੇ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਪਾਰਟੀ ਦਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ, ਜਿਨ੍ਹਾਂ ਨੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਦਾ ਚੋਣ ਇਲੈਕਸ਼ਨ ਲੜਵਾਇਆ, ਔਰ ਧੰਨਵਾਦੀ ਹਾਂ ਆਦਮਪੁਰ ਹਲਕੇ ਦੇ ਉਹਨਾਂ ਵੋਟਰਾਂ ਦਾ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਜਿਤਾ ਕੇ ਮੈਨੂੰ ਬਹੁਤ ਵੱਡੀ ਗਿਣਤੀ 'ਤੇ ਇੱਥੋਂ ਜਿੱਤ ਦਿੱਤੀ ਹੈ। ਪੰਜਾਬ ਦੀ ਵਿਧਾਨ ਸਭਾ 'ਚ ਜਾਣ ਤੋਂ ਬਾਅਦ ਇੱਕ ਅਲੱਗ ਤਰ੍ਹਾਂ ਦਾ ਅਹਿਸਾਸ ਕਿ ਜਿੱਥੇ 117 ਚੁਣੇ ਹੋਏ ਨੁਮਾਇੰਦੇ ਬੈਠਦੇ ਆ ਔਰ ਸੂਬੇ ਦੀ ਡਿਵੈਲਪਮੈਂਟ, ਸੂਬੇ ਦੇ ਭਵਿੱਖ ਬਾਰੇ ਫੈਸਲਾ ਕਰਦੇ, ਉੱਥੇ ਬੈਠ ਕੇ ਮੈਨੂੰ ਬਹੁਤ ਚੰਗਾ ਲੱਗਿਆ। ਮੈਂ ਧੰਨਵਾਦੀ ਹਾਂ ਪ੍ਰਭੂ ਪਿਤਾ ਪਰਮਾਤਮਾ ਅਕਾਲ ਪੁਰਖ ਦਾ, ਜਿਨ੍ਹਾਂ ਨੇ ਇਹ ਮੌਕਾ ਜਿਹੜਾ ਦਾਸ ਨੂੰ ਦਿੱਤਾ ਹੈ। ਚੁਣੌਤੀਆਂ, ਜ਼ਿੰਮੇਵਾਰੀਆਂ ਉਹਦੀ ਕਿਰਪਾ ਦੇ ਨਾਲ ਇਨਸਾਨ ਨਿਭਾ ਸਕਦਾ, ਜੇ ਸੰਕਲਪ ਹੋਵੇ, ਤਹੀਆ ਹੋਵੇ ਕਿਸੇ ਵੀ ਕੰਮ ਲਈ, ਜੇ ਮਨ ਅੰਦਰ ਚਾਹਤ ਹੋਵੇ ਤਾਂ ਫਿਰ ਸਾਰੇ ਹੀ ਰਸਤੇ ਜਿਹੜੇ ਆਸਾਨ ਹੋ ਜਾਂਦੇ। ਤੋ ਮੈਂ ਇਹ ਸਮਝਦਾ ਹੁਣ ਵਿਧਾਨ ਸਭਾ ਜਾਣ ਤੋਂ ਬਾਅਦ ਕੀ ਬਣਾਇਆ ਤੁਸੀਂ? ਮੁੱਖ ਨਿਸ਼ਾਨਾ ਵੀ ਆਦਮਪੁਰ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਹਨ, ਮੁਸ਼ਕਲਾਂ ਜਿਹੜੀਆਂ ਕੰਮ ਆ ਉਹ ਕਰਵਾਵਾਂ, ਖਾਸ ਕਰਕੇ ਇਹਦੀ ਡਿਵੈਲਪਮੈਂਟ, ਓਵਰਆਲ ਡਿਵੈਲਪਮੈਂਟ, ਐਜੂਕੇਸ਼ਨ। ਇੱਥੇ
ਕਿਉਂਕਿ ਜ਼ਿਆਦਾ ਪੇਂਡੂ ਖੇਤਰ ਹੈ ਅਤੇ ਪਿੰਡਾਂ ਦੇ ਬੱਚਿਆਂ ਨੂੰ ਚੰਗੀ ਮਿਆਰੀ ਐਜੂਕੇਸ਼ਨ ਜੋ ਸਾਡੀ ਸਰਕਾਰ ਚਾਹੁੰਦੀ ਹੈ ਉਹ ਪ੍ਰਾਪਤ ਹੋਵੇ, ਚੰਗੇ ਸਕੂਲ ਹੋਣ, ਪ੍ਰੋਪਰ ਸਟਾਫ ਹੋਵੇ, ਉਸ ਤੋਂ ਬਾਅਦ ਜਿਹੜੇ ਸਾਡੇ ਪਿੰਡ ਆ ਉਹਨਾਂ ਦਾ ਵਿਕਾਸ ਹੋਵੇ, ਸੜਕਾਂ ਦਾ, ਗਲੀਆਂ ਦਾ, ਗੰਦੇ ਪਾਣੀ ਦੇ ਨਿਕਾਸ ਦਾ, ਔਰ ਖਾਸ ਕਰਕੇ ਅੱਜ ਦੇ ਸਮੇਂ 'ਚ ਪੀਣ ਵਾਲੇ ਪਾਣੀ ਦੀ ਜਿਹੜੀ ਨਾ ਸਾਫ਼ ਸੁਥਰਾ ਸ਼ੀਤਲ ਜਲ ਜਿਹੜਾ ਲੋਕਾਂ ਨੂੰ ਮੁਹੱਈਆ ਕਰਾਉਣਾ ਉਹ ਬਹੁਤ ਜ਼ਰੂਰੀ ਹੈ। ਹੁਣ ਤੱਕ ਕਿਹੜੀਆਂ ਕਿਹੜੀਆਂ ਖਾਸ ਪ੍ਰਾਪਤੀਆਂ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਤੁਸੀਂ ਹਾਸਲ ਕੀਤੀਆਂ? ਮੈਂ ਸਮਝਦਾ ਦੇਖੋ, ਪਹਿਲਾਂ ਤਾਂ ਸਾਡਾ ਭੋਗਪੁਰ ਸ਼ਹਿਰ ਆ ਜਿੱਥੇ ਅਸੀਂ ਇੱਕ ਸਬ ਤਹਿਸੀਲ ਬਣਾ ਲਈ ਹੈ, ਉਹਦਾ ਥੋੜ੍ਹੇ ਦਿਨਾਂ 'ਚ ਉਦਘਾਟਨ ਹੋ ਰਿਹਾ। ਲੋਕਾਂ ਨੂੰ ਆਪਣੇ ਛੋਟੇ ਛੋਟੇ ਕੰਮ ਲਈ ਜਲੰਧਰ ਜਾਣਾ ਪੈਂਦਾ ਸੀ, ਇੱਕ ਛੱਤ ਥੱਲੇ ਉਹਨੂੰ ਕੋਈ ਮੁਲਾਜ਼ਮ ਅਧਿਕਾਰੀ ਨਹੀਂ ਪ੍ਰਾਪਤ ਹੁੰਦਾ ਸੀ, ਅਸੀਂ ਸਬ ਤਹਿਸੀਲ ਬਣ ਗਏ ਆ, ਕੁਝ ਦਿਨਾਂ 'ਚ ਉਹਦਾ ਉਦਘਾਟਨ ਕਰ ਦੇਣਾ। ਇਸੇ ਤਰ੍ਹਾਂ ਅਸੀਂ ਭੋਗਪੁਰ ਸ਼ਹਿਰ 'ਚ ਇੱਕ ਬੱਸ ਅੱਡਾ ਸਾਡਾ ਬਣ ਰਿਹਾ, ਸਰਕਾਰ ਨੇ ਸਾਨੂੰ 50 ਲੱਖ ਦਿੱਤਾ ਸੀ, ਬਾਕੀ ਅਸੀਂ ਇੱਧਰੋਂ ਉੱਧਰੋਂ ਪ੍ਰਬੰਧ ਕਰਕੇ ਕਮੇਟੀ ਵੱਲੋਂ ਅਸੀਂ ਉਹ ਬੱਸ ਅੱਡਾ ਵੀ ਸਾਡਾ ਬਣ ਰਿਹਾ, ਬਿਲਡਿੰਗ ਰੈਡੀ ਹੋ ਜਾਣੀ ਬਹੁਤ 1-2 ਮਹੀਨੇ ਦੀ ਗੱਲ। ਉਹਦੇ ਨਾਲ ਸਾਡੀ ਭੋਗਪੁਰ ਨਗਰ ਪੰਚਾਇਤ ਦੀ ਆਮਦਨ ਵਿੱਚ ਵਾਧਾ ਹੋਏਗਾ ਅਤੇ ਉਹ ਆਮਦਨ ਲੋਕਾਂ ਦੇ ਵਿਕਾਸ 'ਚ ਸਾਨੂੰ ਕੰਮ ਆਏਗੀ। ਇਸੇ ਤਰ੍ਹਾਂ ਆਦਮਪੁਰ 'ਚ ਅਸੀਂ ਸਬ ਤਹਿਸੀਲ ਬਣ ਰਹੀ ਆ, ਕੰਮ ਤੇਜ਼ੀ ਨਾਲ ਚੱਲ ਰਿਹਾ। ਮਾਣਯੋਗ ਡਿਪਟੀ CM ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਉਹਦਾ ਉਦਘਾਟਨ ਕੀਤਾ ਸੀਗਾ, ਉਹ ਵੀ ਬਹੁਤ ਜਲਦੀ, ਉਹ ਵੀ ਲੋਕਾਂ ਨੂੰ ਫਾਇਦਾ ਹੋਏਗਾ ਇਸ ਗੱਲ ਦਾ। ਇਸੇ ਤਰ੍ਹਾਂ ਹੀ ਨਹਿਰ ਆ ਸਾਡੇ ਵਿਸ਼ ਦੁਆਬ ਨਹਿਰ, ਪਿਛਲੇ 40 ਸਾਲ ਤੋਂ ਉਹਦੀ ਸਫਾਈ ਨਹੀਂ ਹੋਈ ਸੀ ਜੀ, ਮੈਂ ਸਮਝਦਾ ਉਹ ਵੀ ਹੁਣ ਅਸੀਂ ਉਹਦੀ ਸਫਾਈ ਕਰਵਾਈ ਆ, ਜਿਹਦੇ ਨਾਲ ਇਲਾਕੇ ਜਿਹੜੇ ਨਹਿਰ ਟੁੱਟ ਜਾਂਦੀ ਸੀ, ਲੋਕਾਂ ਨੂੰ ਪ੍ਰੋਬਲਮ ਆਉਂਦੀ ਸੀ, ਹੜ੍ਹ ਆ ਜਾਂਦਾ ਸੀ, ਫਸਲਾਂ ਦਾ ਨੁਕਸਾਨ ਹੁੰਦਾ ਸੀ, ਘਰਾਂ ਦਾ ਨੁਕਸਾਨ ਹੁੰਦਾ ਸੀ, ਉਹ ਇਸ ਵਾਰੀ ਉਹ ਸਫਾਈ ਹੋਣ ਤੋਂ ਬਾਅਦ 1 ਕਰੋੜ ਰੁਪਈਆ ਸਰਕਾਰ ਨੇ ਲਾਇਆ, ਉਹ ਵੀ ਸਾਡੀ ਬੇਨਤੀ ਪ੍ਰਵਾਨ ਕੀਤੀ ਸਰਕਾਰ ਨੇ, ਉਹ ਵੀ ਉਹ ਜਿਹੜਾ ਨਹਿਰ ਸਾਫ਼ ਹੋ ਗਈ ਆ। ਖੇਡਾਂ ਨੂੰ ਲੈ ਕੇ ਕਿਹੋ ਜਿਹੀ ਵਿਉਤਮੰਦੀ ਹੈ, ਪੂਰੇ ਸੂਬੇ ਦੀ ਵੀ ਗੱਲ ਕਰੋ ਅਤੇ ਆਪਣੇ ਹਲਕੇ ਨੂੰ ਲੈ ਕੇ। ਮਾਣਯੋਗ ਡਿਪਟੀ CM ਸਾਹਿਬ ਨੇ ਸਪੋਰਟਸ ਨੀਤੀ ਬਣਾਈ, ਖਿਡਾਰੀਆਂ ਨੂੰ ਕਿਹਾ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਤੁਸੀਂ ਜੀ ਜਾਨ ਦੇ ਨਾਲ ਖੇਡੋ, ਤੁਹਾਡੇ ਭਵਿੱਖ ਦਾ ਫਿਕਰ ਅਸੀਂ ਕਰਾਂਗੇ, ਤੁਹਾਨੂੰ ਡੇਲੀ ਵੀ ਮਿਲੇਗੀ, ਤੁਹਾਨੂੰ ਨੌਕਰੀ ਵੀ ਦੇਵਾਂਗੇ, ਤੁਹਾਨੂੰ ਪੈਨਸ਼ਨ ਵੀ ਦੇਵਾਂਗੇ। ਜਦੋਂ ਤੋਂ ਲੋਕਾਂ ਨੂੰ ਇਹ ਗੱਲ ਪਤਾ ਲੱਗੀ ਕਿ ਹੁਣ ਸਾਡਾ ਭਵਿੱਖ ਸੁਰੱਖਿਅਤ ਆ, ਮਾਂ ਬਾਪ ਨੂੰ ਲੱਗਾ ਕਿ ਖੇਡਣ 'ਚ ਕੋਈ ਨੁਕਸਾਨ ਨਹੀਂ ਤਾਂ ਪਹਿਲਾਂ ਤਾਂ ਸਾਡੇ ਬਜ਼ੁਰਗ ਇਹ ਕਹਿੰਦੇ ਸੀ ਕਿ ਕਾਕਾ ਖੇਡਾਂ 'ਚ ਕੀ ਰੱਖਿਆ, ਪੜ੍ਹੋ ਅਤੇ ਨੌਕਰੀ ਕਰੋ। ਇਹ ਜਿਹੜਾ ਹੁਣ ਸਾਡੀ ਸਰਕਾਰ ਨੇ ਜੋ ਭਰੋਸਾ ਪੈਦਾ ਕਰਤਾ ਨੌਜਵਾਨਾਂ 'ਚ, ਕਬੱਡੀ ਦਾ ਵਰਲਡ ਕੱਪ ਕਰਾ ਤੇ ਦਿਓ, ਉਹਦੇ ਨਾਲ ਪਿੰਡਾਂ 'ਚ ਲੋਕ ਆਪਣੀ ਸਿਹਤ ਨੂੰ ਸਾਂਭਣ ਲੱਗੇ ਆ, ਨਸ਼ੇ ਨੂੰ ਦੂਰ ਭਜਾਇਆ ਜਾ ਰਿਹਾ ਪਿੰਡਾਂ 'ਚ, ਅਸੀਂ ਨਸ਼ੇ ਨੂੰ ਪਾਂਝ ਦੇਣੀ ਚਾਹੁੰਦੇ ਹਾਂ ਕਿਉਂਕਿ ਇੱਕ ਬਹੁਤ ਵੱਡੀ ਲਾਹਨਤ ਹੈ ਪੰਜਾਬ ਦੇ ਉੱਤੇ। ਅਤੇ ਖੇਡਾਂ ਦੀ ਨੀਤੀ ਦੇ ਨਾਲ ਸਾਡੇ ਚੰਗੇ ਰਿਜ਼ਲਟ ਆਉਣਗੇ। ਦੂਜਾ, ਇਨਫਰਾਸਟ੍ਰਕਚਰ, ਜਿੰਨੀ ਦੇਰ ਕਿਸੇ ਵੀ ਖੇਡ ਲਈ ਕਿਸੇ ਵੀ ਸੂਬੇ ਕੋਲ ਜੀ ਇਨਫਰਾਸਟ੍ਰਕਚਰ ਨਹੀਂ ਹੋਏਗਾ, ਉੰਨੀ ਦੇਰ ਖੇਡਾਂ 'ਚ ਆਪਾਂ ਅੱਗੇ ਨਹੀਂ ਮੱਲਾਂ ਨਹੀਂ ਮਾਰ ਸਕਦੇ। ਅਸੀਂ ਲਗਭਗ 160 ਕਰੋੜ ਰੁਪਈਆ ਲਾ ਕੇ ਪੰਜਾਬ 'ਚ 22 ਐਸੇ ਅਸੀਂ ਖੇਡ ਸਟੇਡੀਅਮ, ਮਲਟੀਪਰਪਜ਼ ਸਟੇਡੀਅਮ, ਜਾਂ ਕਹਿ ਲਓ ਕਿਸੇ ਸਪੈਸੀਫਿਕ ਗੇਮ ਲਈ, ਅਸੀਂ ਹਾਕੀ ਲਈ 6-a-side ਮਿੰਨੀ ਸਟੇਡੀਅਮ ਬਣਾਏ ਆ, ਐਸਟ੍ਰੋਟਰਫ ਲਾਤੀਆਂ, ਜਲੰਧਰ 'ਚ ਲਾਤੀ, ਅੰਮ੍ਰਿਤਸਰ ਲਾਤੀ, ਲੁਧਿਆਣੇ ਲਾਤੀ, ਹੋਰ ਮਾਲਵੇ 'ਚ ਬਹੁਤ ਜਗ੍ਹਾ 'ਤੇ ਅਸੀਂ ਲਾਤੀਆਂ। ਉਸ ਤੋਂ ਬਾਅਦ ਅਸੀਂ ਹੁਣ ਦੂਜੀਆਂ ਗੇਮਾਂ ਨੂੰ ਵੀ, ਮੈਂ ਅਸੀਂ ਇਹ ਸੋਚ ਆ ਮਾਣਯੋਗ ਡਿਪਟੀ CM ਸਾਹਿਬ ਦੀ ਕਿ ਸਾਡੀ ਆਪਣੀ ਗੇਮ ਵੀ ਅੱਗੇ ਵਧੇ, ਲੇਕਿਨ ਇੰਡੀਵਿਜੁਅਲ ਗੇਮਸ ਨੂੰ ਵੀ ਹੁਣ ਸਰਕਾਰ ਅੱਗੇ ਵਧਾਉਣਾ ਚਾਹੁੰਦੀ ਹੈ, ਚਾਹੇ ਉਹ ਬਾਕਸਿੰਗ ਹੈ, ਚਾਹੇ ਉਹ ਰੈਸਲਿੰਗ ਹੈ, ਚਾਹੇ ਉਹ ਸਵਿਮਿੰਗ ਹੈ, ਅਥਲੈਟਿਕਸ ਹੈ। ਕੋਚਾਂ ਦੀ ਕਮੀ ਹੈ, ਬਹੁਤ ਥਾਂ 'ਤੇ ਲੋਕ ਸ਼ਿਕਾਇਤ ਕਰਦੇ ਆ ਕਿ ਕੋਚ ਹੈ ਨਹੀਂ ਗੇ, ਖੇਡਾਂ ਦੀ ਤਰੱਕੀ 'ਚ ਵੀ ਇਹ ਚੀਜ਼ ਰੁਕਾਵਟ? ਬਿਲਕੁਲ ਠੀਕ ਹੈ। 2007 ਤੋਂ 2012 ਦੇ ਵਿੱਚ ਸਾਡੀ ਸਰਕਾਰ ਨੇ ਹੀ ਲਗਭਗ 200-250 ਕੋਚ ਭਰਤੀ ਕੀਤਾ ਸੀ। ਪਹਿਲਾਂ ਤਾਂ ਕੋਚ ਹੀ ਨਹੀਂ ਸੀ, 30-35 ਬੰਦਿਆਂ 'ਤੇ ਪੂਰਾ ਸਪੋਰਟਸ ਡਿਪਾਰਟਮੈਂਟ ਚੱਲ ਰਿਹਾ ਸੀ ਇਸ ਸਰਕਾਰ ਦਾ, ਲੇਕਿਨ 200-250 ਅਸੀਂ ਉਦੋਂ ਕੋਚਿਸ ਭਰਤੀ ਕੀਤੇ ਆ, ਨਾਲ ਉਹਨਾਂ ਦਾ ਸਪੋਰਟਿੰਗ ਸਟਾਫ ਭਰਤੀ ਕੀਤਾ। ਹੁਣ ਅਸੀਂ ਲਗਭਗ 250 ਕੋਚ ਭਰਤੀ ਕਰਨ ਜਾ ਰਹੇ ਹਾਂ, ਕੁਝ ਦਿਨਾਂ 'ਚ ਹੀ ਅਸੀਂ ਉਹ ਕੋਚਿਸ ਭਰਤੀ ਕਰ ਲਵਾਂਗੇ, ਵੈੱਲ ਕੁਆਲੀਫਾਈਡ, ਜਿਹੜੇ ਪੰਜਾਬ ਦੇ ਖਿਡਾਰੀਆਂ ਨੂੰ ਚੰਗਾ ਬਣਾਉਣ ਲਈ, ਉਹਨਾਂ ਨੂੰ ਮੈਡਲ ਯੋਗ ਬਣਾਉਣ ਲਈ ਬਣਾਉਣਗੇ, ਅਤੇ ਉਹਦੇ ਵਾਸਤੇ ਸਾਡਾ ਪ੍ਰੋਸੈਸ ਚੱਲ ਰਿਹਾ। ਕੁਝ ਦਿਨਾਂ 'ਚ ਕੋਚ ਭਰਤੀ ਹੋ ਜਾਣਗੇ, ਕੋਚਾਂ ਦੀ ਕੋਈ ਕਮੀ ਨਹੀਂ ਰਹੇਗੀ, ਸਟੇਡੀਅਮ ਦੀ, ਇਨਫਰਾਸਟ੍ਰਕਚਰ ਦੀ ਕੋਈ ਕਮੀ ਨਹੀਂ ਰਹੇਗੀ, ਪੈਸੇ ਦੀ ਕੋਈ ਕਮੀ ਨਹੀਂ, ਭਵਿੱਖ ਬਾਰੇ ਸੋਚਣ ਦੀ ਖਿਡਾਰੀਆਂ ਨੂੰ ਲੋੜ ਨਹੀਂ। ਭਵਿੱਖ ਸਾਡੀ ਸਰਕਾਰ 'ਚ ਸਪੋਰਟਸ ਨੀਤੀ ਬਣਾਉਣ ਦੇ ਨਾਲ ਸੁਰੱਖਿਅਤ ਆ। ਹੁਣ ਕਮੀ ਖਿਡਾਰੀਆਂ ਦੇ ਪੱਖ ਤੋਂ ਅਤੇ ਜਾਂ ਪੇਰੈਂਟਸ ਨੂੰ ਚਾਹੀਦਾ ਕਿ ਜਜ਼ਬੇ ਨਾਲ, ਜਜ਼ਬਾਤ ਨਾਲ ਅਤੇ ਜਨੂਨ ਬਣਾ ਕੇ ਖੇਡਣ,
ਜਿੰਨੀ ਦੇਰ ਜਨੂਨ ਨਾਲ ਨਹੀਂ ਖੇਡਿਆ ਜਾਏਗਾ ਕਿਸੇ ਵੀ ਕੰਮ ਨੂੰ, ਜਦੋਂ ਆਪਾਂ ਜਨੂਨ ਨਾਲ ਕਰਦੇ ਹਾਂ ਫਿਰ ਕੋਈ ਓਬਸਟੈਕਲ, ਕੋਈ ਮੁਸ਼ਕਲ ਅੱਗੇ ਨਹੀਂ ਆਉਂਦੀ। ਥੋੜ੍ਹੀ ਰਾਜਨੀਤੀ ਕਰਾਂਗੇ, ਹਲਕੇ ਦੀ ਰਾਜਨੀਤੀ ਦੀ ਗੱਲ ਵੀ ਮੈਂ ਕਰਨਾ ਚਾਹੂੰਗਾ। ਇਸ ਵਾਰ ਬਹੁਤ ਵਿਰੋਧ ਦੇ ਬਾਵਜੂਦ ਤੀਨੂ ਸਾਹਿਬ ਜਿੱਤੇ ਨੇ, ਸੋ ਗੁਰਮੰਤਰ ਖਾਸ ਕੀ ਵਰਤਿਆ ਜਾਂ ਸਿਰਫ ਸੁਖਬੀਰ ਸਿੰਘ ਬਾਦਲ ਦਾ ਵੱਡਾ ਹੱਥ ਸੀ ਉਹ ਕੰਮ ਆਇਆ? ਇਹ ਗੱਲ ਬਿਲਕੁਲ ਠੀਕ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬਹੁਤ ਵੱਡਾ ਹੱਥ ਸੀ ਮੇਰੇ ਪਿੱਛੇ। ਹਾਲਾਂਕਿ ਚਲੋ ਸਾਰੀਆਂ ਪਾਰਟੀਆਂ 'ਚ ਇਕੱਲੇ ਸਾਡੇ ਨਹੀਂ, ਸਾਰੀਆਂ ਪਾਰਟੀਆਂ 'ਚ ਰਾਜਨੀਤੀ 'ਚ ਲੋਕਤੰਤਰ 'ਚ ਵਿਰੋਧ ਹੁੰਦਾ ਆ, ਵਿਰੋਧ ਗਤੀਰੋਧ ਹੁੰਦਾ ਆ, ਅਤੇ ਹਰ ਇੱਕ ਦਾ ਫਰਜ਼ ਆ, ਉਹਨਾਂ ਦਾ ਹੱਕ ਵੀ ਹੈ। ਲੇਕਿਨ ਆਖਿਰ 'ਤੇ ਆਣ ਕੇ ਸਾਰੇ ਹੀ ਪਾਰਟੀ ਦੇ ਨਾਲ ਇੱਕ ਝੰਡੇ ਥੱਲੇ ਉਹਨਾਂ ਨੇ ਕੰਮ ਕੀਤਾ ਸਾਰਿਆਂ ਨੇ, ਅਤੇ ਪਾਰਟੀ ਦੀ ਜਿੱਤ ਹੋਈ। ਮੈਨੂੰ ਬਹੁਤ ਵੱਡੀ ਲੀਡ ਨਾਲ ਇਸ ਹਲਕੇ ਦੇ ਲੋਕਾਂ ਨੇ ਜਿਤਾਇਆ, ਅਤੇ ਬਸ ਮਿਹਨਤ ਲਗਨ ਇਹੀ ਗੁਰਮੰਤਰ ਹੈ। ਇਹੀ ਸਾਰੀਆਂ ਸੀਟਾਂ ਜਿਤਾਉਣ ਲਈ ਜਲੰਧਰ ਦੀਆਂ, ਅਤੇ ਸੁਖਬੀਰ ਜੀ ਨੂੰ ਵੀ ਕਈ ਫਾਰਮੂਲੇ ਸਜਾਉਂਦੇ ਰਹੇ ਹੋ ਤੁਸੀਂ? ਨਹੀਂ ਨਹੀਂ, ਉਹਨਾਂ ਨੂੰ ਫਾਰਮੂਲੇ, ਉਹਨਾਂ ਕੋਲ ਆਪਣੇ ਕੋਲ ਇੰਨੇ ਫਾਰਮੂਲੇ ਆ, ਉਹ ਮੈਂ ਕੀ ਕਹਾਂ ਉਹਨਾਂ ਦੀ ਸ਼ਖਸੀਅਤ ਬਾਰੇ, ਉਹਨਾਂ ਉਹ ਬਹੁਤ ਉਹਨਾਂ ਦੀ ਸੋਚ ਜਿਹੜੀ ਆ ਉਹ ਬਹੁਤ ਉੱਪਰ ਆ। ਅਸੀਂ ਉਹਨਾਂ ਨੂੰ ਕੀ ਸੁਝਾਅ ਦੇ ਸਕਦੇ ਉਹਨਾਂ ਦੇ ਕੋਲ, ਉਹਨਾਂ ਦੇ ਸੁਝਾਵਾਂ 'ਤੇ ਜੇ ਸਾਡੇ ਵਰਗੇ ਕੰਮ ਕਰ ਲੈਣ, ਉਹਨਾਂ ਨੂੰ ਇੰਪਲੀਮੈਂਟ ਕਰ ਦੇਣ ਜੋ ਉਹ ਕਹਿੰਦੇ, ਅਸੀਂ ਉਹਨਾਂ ਨੂੰ ਫੀਲਡ 'ਤੇ ਜਾ ਕੇ ਦੱਸ ਦਈਏ ਲੋਕਾਂ ਨੂੰ, ਇਹੀ ਮੈਂ ਸਮਝਦਾ ਬਹੁਤ ਵੱਡਾ ਕੰਮ ਹੈ। ਜੇ ਇਹੀ ਕੁਝ ਲੋਕਾਂ ਨੇ ਕੀਤਾ ਤਾਂ ਸਾਡੀ ਸਰਕਾਰ ਵਾਪਸ ਆਈ ਹੈ, ਅਤੇ ਉਹ ਤਾਂ ਪੂਰੇ ਦੇਸ਼ ਬਾਰੇ ਵੀ ਜੇ ਕੋਈ ਗੱਲ ਉਹਨਾਂ ਦਾ, ਕਿਉਂਕਿ ਉਹ ਬੜੀ ਨਾਪ ਤੋਲ ਕੇ ਬੜੀ ਸਟੱਡੀ ਦੇ ਨਾਲ ਉਹ ਗੱਲ ਕਹਿੰਦੇ ਆ ਜੀ, ਅਤੇ ਉਹਨੂੰ ਸਾਨੂੰ, ਅਸੀਂ ਸਾਰੇ ਉਹਨਾਂ ਦੀ ਗੱਲ ਨੂੰ ਮੰਨਦੇ ਹਾਂ, ਇਸ ਕਰਕੇ ਰਿਜ਼ਲਟ ਚੰਗੇ ਪੋਜ਼ਿਟਿਵ ਆਏ। ਕੁਝ ਨਿੱਜੀ ਜ਼ਿੰਦਗੀ ਦੀ ਗੱਲ ਕਰਨਾ ਚਾਹੂੰਗਾ ਜੀ, ਪਵਨ ਕੁਮਾਰ ਟੀਨੂ ਹੋਣਾ ਦਾ ਆਪਣਾ ਸ਼ੌਂਕ ਕੀ ਹੈ? ਫਿੱਟ ਤੁਸੀਂ ਪੂਰੇ ਹੋ, ਖੇਡਦੇ ਵੀ ਹੋ ਕੁਝ? ਨਹੀਂ, ਮੈਂ ਪਹਿਲਾਂ ਖੇਡਦਾ ਸੀ ਜਦੋਂ ਕਾਲਜ ਵਿੱਚ ਸੀ, ਅਤੇ ਹੁਣ ਵੀ ਜਦੋਂ ਕਿਤੇ ਮੌਕਾ ਮਿਲੇ ਸਵੇਰ ਨੂੰ ਥੋੜ੍ਹੀ ਬਹੁਤ ਐਕਸਰਸਾਈਜ਼, ਥੋੜ੍ਹਾ ਵਾਕ, ਥੋੜ੍ਹੀ ਰਨਿੰਗ ਜੇ ਕੋਈ ਮੌਕਾ ਮਿਲੇ ਕਦੀ ਕਦੀ ਕਰ ਲਈ ਦੀ ਹੈ, ਹੋਰ ਕੋਈ ਖਾਸ ਨਹੀਂ। ਹੋਰ ਥੋੜ੍ਹਾ ਜਿਹਾ ਜਦੋਂ ਦਿਨ 'ਚ ਆਪਾਂ ਦੌੜ ਭੱਜ ਕਰਦੇ ਹਾਂ ਅਤੇ ਖਾਣ ਦਾ ਧਿਆਨ ਰੱਖਦੇ ਹਾਂ, ਤਾਂ ਬੰਦਾ ਫਿੱਟ ਹੋ ਹੀ ਜਾਂਦਾ। ਯਾਰਾਂ ਦੋਸਤਾਂ ਨਾਲ ਕਾਲਜ ਦਾ ਵਕਤ ਖੇਡਣਾ, ਜਾਂ ਤੁਸੀਂ ਹੁਣ ਅੱਜ ਵੀ ਖੇਡਦੇ ਪਾਰਲੀਮੈਂਟ ਸਕੱਤਰ ਹੋ, ਸਟੇਡੀਅਮ 'ਚ ਜਾਂਦੇ ਹੋ, ਤਾਂ ਕਦੀ ਚਿੱਤ ਹੁਲੇਰੇ ਮਾਰਦਾ ਹੋਵੇ ਵੀ ਜਾ ਕੇ ਖੇਡੀ? ਬਿਲਕੁਲ, ਅੱਜ ਵੀ ਕਈ ਵਾਰ ਮੇਰੇ ਪੁਰਾਣੇ ਦੋਸਤ ਜਿਹੜੇ ਅਸੀਂ ਖੇਡਦੇ ਰਹੇ ਹਾਂ, ਅੱਜ ਵੀ ਕਈ ਵਾਰੀ ਅਸੀਂ ਗੱਲਾਂ ਗੁੱਲਾਂ ਜ਼ਰੂਰ ਕਰੀਦੀਆਂ ਵੀ ਖੇਡੀਏ ਯਾਰ। ਹਾਲਾਂਕਿ ਇੱਕ ਦਿਮਾਗ ਦੇ ਇੱਕ ਪਾਸੇ ਪਤਾ ਹੁੰਦਾ ਵੀ ਟਾਈਮ ਨਹੀਂ ਹੈ, ਪਰ ਫਿਰ ਵੀ ਇਹ ਸ਼ੌਕ ਜ਼ਰੂਰ ਪੂਰਾ ਕਰ ਲਈਦਾ ਗੱਲਾਂ 'ਚ, ਵੀ ਖੇਡਣਾ ਸ਼ੁਰੂ ਕਰੀਏ, ਜਾਇਆ ਕਰੀਏ ਗਰਾਊਂਡ 'ਚ। ਮੈਂ ਤਕਰੀਬਨ ਜਿੱਥੇ ਕਿਤੇ ਪਿੰਡਾਂ 'ਚ, ਕਿਤੇ ਸ਼ਹਿਰ 'ਚ ਮੌਕਾ ਮਿਲੇ, ਮੈਂ ਜਿੱਥੇ ਕਿਤੇ ਬੱਚੇ ਖੇਡਦੇ ਹੋਣ, ਮੈਂ ਉੱਥੇ ਜ਼ਰੂਰ ਜਾਂਦਾ। ਖੇਡ ਨਾ ਸਕਾਂ, ਲੇਕਿਨ ਉਹਨਾਂ ਨੂੰ ਦੇਖ ਕੇ ਮੈਨੂੰ ਇੰਨਾ ਚੰਗਾ ਲੱਗਦਾ, ਆਨੰਦ ਆਉਂਦਾ, ਮੈਂ ਆਪਣੇ ਆਪ ਨੂੰ ਲੱਗਦਾ ਕਿ ਮੈਂ ਹੀ ਖੇਡ ਰਿਹਾ। ਫਿਰ ਮੈਂ ਉਹਨਾਂ ਦੀ ਕੋਈ ਮੁਸ਼ਕਲ ਹੋਵੇ, ਬਤੌਰ ਖਿਡਾਰੀ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਵੇ, ਕੋਈ ਸਪੋਰਟਸ ਦਾ ਸਮਾਨ ਚਾਹੀਦਾ ਹੋਵੇ, ਕੋਈ ਗਰਾਊਂਡ ਦੀ ਪ੍ਰੋਬਲਮ ਹੋਵੇ, ਮੈਂ ਉਹ ਕੋਸ਼ਿਸ਼ ਕਰਦਾ ਹੁੰਦਾ ਕਿ ਸਾਡੇ ਜ਼ਮਾਨਿਆਂ 'ਚ ਇਹੋ ਜਿਹਾ ਸਿਸਟਮ ਨਹੀਂ ਸੀ ਕਿ ਸਾਨੂੰ ਆਣ ਕੇ ਕੋਈ ਪੋਲੀਟੀਸ਼ੀਅਨ, ਕੋਈ ਸਾਡਾ ਵਿਧਾਇਕ ਪੁੱਛੇ। ਅਤੇ ਲੇਕਿਨ ਅੱਜ ਮੈਂ ਇਹ ਬਹੁਤ ਲੋੜ ਮਹਿਸੂਸ ਕਰਦਾ ਕਿ ਬੱਚਿਆਂ ਨੂੰ, ਜਿਹੜੇ ਬੱਚੇ ਗਰਾਊਂਡਾਂ 'ਚ ਖੇਡਦੇ, ਉਹਨਾਂ ਨੂੰ ਜ਼ਰੂਰ ਪੁੱਛਿਆ ਜਾਵੇ ਕਿ ਤੇਰੀ ਸਮੱਸਿਆ ਕੀ ਆ, ਔਰ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਹੱਲ। ਕਬੱਡੀ ਕੱਪ ਸੁਖਬੀਰ ਜੀ ਦਾ ਕਾਮਯਾਬ ਹੋਇਆ, ਤੁਸੀਂ ਵੀ ਪਾਰਲੀਮੈਂਟ ਸਕੱਤਰ ਹੋ, ਤੁਸੀਂ ਵੀ ਖੇਡਦੇ ਹੋ ਕਬੱਡੀ? ਨਹੀਂ, ਮੈਂ ਕਬੱਡੀ ਖੇਡਦਾ ਤਾਂ ਨਹੀਂ, ਮੈਂ ਕਬੱਡੀ ਦੇਖਣ ਦਾ ਬਹੁਤ ਸ਼ੌਕੀਨ ਹਾਂ, ਕਿਉਂਕਿ ਸਾਡੇ ਹਲਕੇ 'ਚ, ਆਦਮਪੁਰ 'ਚ, ਭੋਗਪੁਰ 'ਚ ਕਬੱਡੀ ਦੇ ਬਹੁਤ ਜ਼ਬਰਦਸਤ ਤਕੜੇ ਤਕੜੇ ਖਿਲਾੜੀ, ਹਰ ਪਿੰਡ 'ਚ ਕਬੱਡੀ ਦਾ ਮੈਂ ਸਮਝ ਲਾਂ ਵੀ ਇਹ ਬਹੁਤ ਵੱਡਾ ਸੈਂਟਰ ਆ ਸਾਡਾ ਹਲਕਾ, ਅਤੇ ਜਿੱਥੇ ਕਿਤੇ ਕਬੱਡੀ ਦਾ ਟੂਰਨਾਮੈਂਟ ਹੋਵੇ ਮੈਂ ਬਹੁਤ ਸ਼ੌਕ ਨਾਲ, ਮੈਨੂੰ ਬੜਾ ਚੰਗਾ ਲੱਗਦਾ ਚੰਗੇ ਚੰਗੇ ਮਜ਼ਬੂਤ ਨੌਜਵਾਨ ਪੰਜਾਬੀ ਜਦੋਂ ਦੇਖੀਦੇ ਆ, ਕਿਉਂਕਿ ਕਬੱਡੀ ਪਹਿਲੀ ਨਹੀਂ ਰਹੀ ਹੁਣ, ਹੁਣ ਕਬੱਡੀ 'ਚ ਜਿੱਥੇ ਜਾਨ ਚਾਹੀਦੀ ਹੈ ਉੱਥੇ ਕਬੱਡੀ 'ਚ ਤਕਨੀਕ ਨਾਲ, ਤਕਨੀਕ ਵੀ ਚਾਹੀਦੀ ਹੈ, ਕਬੱਡੀ 'ਚ ਪੂਰਾ ਸਟੈਮਿਨਾ ਵੀ ਚਾਹੀਦਾ। ਹੁਣ ਸੰਪੂਰਨ ਗੇਮ ਹੋ ਗਈ ਹੈ ਕਬੱਡੀ, ਮੈਂ ਤਾਂ ਸਮਝਦਾ ਕਬੱਡੀ ਹੁਣ ਓਲੰਪਿਕ 'ਚ ਆਉਣੀ ਚਾਹੀਦੀ ਹੈ ਜੀ। ਕਬੱਡੀ 'ਚ ਹਰ ਚੀਜ਼ ਆ, ਕਬੱਡੀ ਇੱਕ ਪਾਸੜ ਨਹੀਂ ਰਹੀ, ਹੁਣ ਕਬੱਡੀ ਵਰਸਟਾਈਲ ਹੋਣੀ ਚਾਹੀਦੀ ਹੈ। ਕਬੱਡੀ ਕੱਪ ਵੀ ਅਨਾਊਂਸ ਹੋ ਗਿਆ ਜੀ, ਫਿਰ ਹੁਣ ਤਿਆਰੀਆਂ 'ਚ ਤੁਸੀਂ ਵੀ ਮਸ਼ਗੂਲ ਹੋ? ਬਿਲਕੁਲ ਜੀ, ਕਬੱਡੀ ਸਾਡੀ ਸਰਕਾਰ ਨੇ ਕਿਹਾ ਹੈਗਾ ਕਿ ਦਸੰਬਰ 'ਚ ਕਬੱਡੀ ਵਰਲਡ ਕੱਪ ਹੋ ਰਿਹਾ, ਔਰ ਦੇਸ਼ਾਂ ਵਿਦੇਸ਼ਾਂ 'ਚ ਬੜੀ ਚਰਚਾ। ਹੁਣ ਮੈਂ ਪਿੱਛੇ ਜਿਹੇ ਵਿਦੇਸ਼ੀ ਦੌਰੇ 'ਤੇ ਗਿਆ ਸੀ, ਅਤੇ ਉੱਥੇ ਵੀ ਲੋਕ ਹੁਣ ਕਬੱਡੀ ਦੀ ਵੇਟ ਕਰਦੇ ਕਦੋਂ ਹੋ ਰਿਹਾ ਵਰਲਡ ਕੱਪ, ਕਦੋਂ ਹੋ ਰਿਹਾ। ਕਬੱਡੀ ਨੇ ਬੜਾ ਨੌਜਵਾਨਾਂ 'ਚ ਇੱਕ ਰੁਝਾਨ ਪੈਦਾ ਕੀਤਾ ਆਪਣੇ ਸਰੀਰ ਨੂੰ ਸਾਂਭਣ ਦਾ, ਔਰ ਕਬੱਡੀ ਨੇ ਇੱਕ ਸ਼ੌਕ ਪੈਦਾ ਕਰ ਦਿੱਤਾ। ਕਬੱਡੀ ਨੇ ਨਸ਼ਿਆਂ ਨੂੰ ਵੀ ਹੁਣ ਖੂੰਜੇ ਲਾਉਣਾ ਸ਼ੁਰੂ ਕਰ ਦਿੱਤਾ। ਸਾਡੇ ਖਿਡਾਰੀ ਆ ਜਿਹੜੇ ਬਹੁਤ ਜਾਗਰਤ ਹੋ ਗਏ, ਜਿਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇਸ ਮਰਜ਼ ਤੋਂ, ਇਸ ਬਿਮਾਰੀ ਤੋਂ ਦੂਰ ਰਹਿਣਾ। ਚਲੋ, ਬਹੁਤ ਚੰਗਾ ਲੱਗਿਆ ਜੀ ਗੱਲ ਕਰਕੇ, ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਇਹ ਸਨ ਪਵਨ ਕੁਮਾਰ ਟੀਨੂ, ਰਾਜਨੀਤੀ ਤੋਂ ਲੈ ਕੇ ਨਿੱਜੀ ਜ਼ਿੰਦਗੀ ਤੋਂ ਲੈ ਕੇ ਖੇਡ ਨੀਤੀ ਤੱਕ ਦੀ ਅਸੀਂ ਗੱਲ ਕੀਤੀ ਹੈ। ਇਹਨਾਂ ਨੇ ਆਪਣੀਆਂ ਵਿਕਾਸ ਦੀਆਂ ਯੋਜਨਾਵਾਂ ਦੱਸੀਆਂ ਨੇ, ਦੱਸਿਆ ਕਿ ਕੀ ਕੀ ਕੰਮ ਹੁਣ ਤੱਕ ਵਿਧਾਇਕ ਬਣਨ ਤੋਂ ਬਾਅਦ ਆਪਣੇ ਹਲਕੇ ਲਈ ਕਰ ਚੁੱਕੇ ਨੇ।
ਸੋ ਵੱਖ ਵੱਖ ਰਾਜਨੀਤਿਕ ਹਸਤੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ। ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ ਕਿਸੇ ਨਵੀਂ ਰਾਜਨੀਤਿਕ ਹਸਤੀ ਦੇ ਨਾਲ। ਤੁਸੀਂ ਬਣੇ ਰਹੋ ਜੀ।